ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਤੁਹਾਡੇ ਨਾਲ ਪਨੀਰ ਭੁਰਜੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ, ਜਿਹਦੇ ਲਈ ਸਾਨੂੰ ਚਾਹੀਦਾ ਹੈ ਘਿਓ, ਲੰਬੇ ਕੱਟੇ ਹੋਏ ਪਿਆਜ਼, ਨਮਕ, ਮਿਰਚ, ਹਲਦੀ ਜੋ ਕਿ ਆਪਾਂ ਆਪਣੇ ਸਵਾਦ ਅਨੁਸਾਰ ਪਾਵਾਂਗੇ, ਹਰੀ ਮਿਰਚ ਕੱਟੀ ਹੋਈ, ਅਦਰਕ ਅਤੇ ਟਮਾਟਰ, ਮੈਸ਼ ਕੀਤਾ ਹੋਇਆ ਪਨੀਰ। ਇੱਕ ਕੜਾਹੀ ਲਵਾਂਗੇ, ਉਹਦੇ ਵਿੱਚ ਆਪਾਂ ਆਪਣੀ ਕੁਆਂਟਿਟੀ ਦੇ ਅਕੋਰਡਿੰਗ ਘਿਓ ਪਾਵਾਂਗੇ, ਫਿਰ ਉਸ ਤੋਂ ਬਾਅਦ ਉਹਦੇ ਵਿੱਚ ਪਿਆਜ਼ ਐਡ ਕਰਾਂਗੇ, ਜਿਨ੍ਹਾਂ ਨੂੰ ਆਪਾਂ ਭੁੰਨਾਂਗੇ ਹਲਕੇ ਬਰਾਊਨ ਹੋਣ ਤੱਕ, ਜਾਂ ਕਹਿ ਲਓ ਸੁਨਹਿਰੀ ਹੋਣ ਤੱਕ ਭੁੰਨਾਂਗੇ। ਜ਼ਿਆਦਾ ਨਹੀਂ ਇਹ ਭੁੰਨਣੇ ਹੁੰਦੇ, ਹਲਕੇ ਸੁਨਹਿਰੀ ਭੁੰਨਣੇ ਆ। ਕਈ ਵਾਰ ਆਪਾਂ ਦਾਲ ਦੇ ਵਿੱਚ ਜ਼ਿਆਦਾ ਭੁੰਨ ਲੈਂਦੇ ਹਾਂ ਕਿਉਂਕਿ ਸਵਾਦ ਆਉਂਦਾ, ਬਟ ਪਨੀਰ ਭੁਰਜੀ ਦੇ ਵਿੱਚ ਇਹ ਹਲਕੇ ਗੁਲਾਬੀ ਹੀ ਚੰਗੇ ਲੱਗਦੇ ਆ। ਤੁਸੀਂ ਸਾਡੇ ਚੈਨਲ ਆਪਣੀ ਜੀਵਨ ਸ਼ੈਲੀ ਆਪਣੇ ਤਿਉਹਾਰ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਅਗਰ ਵੀਡੀਓ ਪਸੰਦ ਆਉਂਦੀ ਹੈ ਤਾਂ ਉਹਨੂੰ ਲਾਈਕ ਜ਼ਰੂਰ ਕਰੋ, ਅਗਰ ਨਹੀਂ ਵੀ ਪਸੰਦ ਆਉਂਦੀ ਤਾਂ ਵੀ ਕਮੈਂਟ ਕਰਕੇ ਆਪਣੀ ਵਿਊਜ਼ ਜ਼ਰੂਰ ਸਾਨੂੰ ਦੱਸੋ, ਤਾਂ ਕਿ ਸਾਨੂੰ ਪਤਾ ਚੱਲੇ ਕਿ ਸਾਡੀ ਅਸੀਂ ਵੀਡੀਓ ਕਿਸ ਤਰ੍ਹਾਂ ਦੀ ਬਣਾ ਰਹੇ ਹਾਂ, ਅਤੇ ਉਹਦੇ ਵਿੱਚ ਸਾਨੂੰ ਅੱਗੇ ਕੀ ਚੇਂਜ ਚੀਜ਼ ਕਰਨੀਆਂ ਚਾਹੀਦੀਆਂ ਨੇ। ਹੁਣ ਆਪਣੇ ਇਹ ਪਿਆਜ਼ ਸੁਨਹਿਰੀ ਹੋ ਰਹੇ ਨੇ, ਸੁਨਹਿਰੀ ਹੋ ਚੁੱਕੇ ਨੇ, ਅਤੇ ਹੁਣ ਆਪਾਂ ਇਹਦੇ ਵਿੱਚ ਮਿਰਚ ਅਤੇ ਅਦਰਕ ਮਿਲਾ ਦੇਵਾਂਗੇ। ਇਹਨੂੰ ਮਿਲਾਵਾਂਗੇ ਆਪਾਂ ਥੋੜ੍ਹੀ ਦੇਰ, ਹਲਕਾ ਜਿਹਾ ਭੁੰਨਾਂਗੇ ਤਾਂ ਕਿ ਇਹਨਾਂ ਦਾ ਟੇਸਟ ਮਿਰਚ ਅਤੇ ਅਦਰਕ ਦਾ ਪਿਆਜ਼ਾਂ ਦੇ ਵਿੱਚ ਰੱਖ ਦਿੱਤੀ ਜਾਵੇ। ਪਲੀਜ਼ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ, ਜੇ ਅਸੀਂ ਅੱਗੇ ਵੱਧ ਸਕੀਏ। ਹੁਣ ਆਪਾਂ ਇਹਦੇ ਵਿੱਚ ਹਲਦੀ ਪਾ ਦੇਵਾਂਗੇ, ਇਹਨੂੰ ਥੋੜ੍ਹੀ ਦੇਰ ਭੁੰਨਾਂਗੇ। ਮਿਰਚ ਐਡ ਕਰਾਂਗੇ, ਲਾਲ ਮਿਰਚ, ਆਪਣੇ ਸਵਾਦ ਅਨੁਸਾਰ ਆਪਾਂ ਐਡ ਕਰ ਲਵਾਂਗੇ ਮਿਰਚ, ਕਿਉਂਕਿ ਕਈ ਲੋਕ ਜ਼ਿਆਦਾ ਮਿਰਚ ਪਸੰਦ ਕਰਦੇ ਨੇ, ਕਈ ਘੱਟ ਪਸੰਦ ਕਰਦੇ ਨੇ, ਤਾਂ ਆਪਾਂ ਠੀਕ ਠੀਕ ਐਡ ਕਰਾਂਗੇ ਤਾਂ ਕਿ ਸਾਰੇ ਸਾਰੇ ਜਣੇ ਖਾ ਸਕਣ। ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦੇਵਾਂਗੇ, ਕੱਟੇ ਹੋਏ ਟਮਾਟਰ ਪਾਵਾਂਗੇ, ਇਹਨਾਂ ਦੇ ਨਾਲ ਟੇਸਟ ਬਹੁਤ ਹੀ ਅਲੱਗ, ਬਹੁਤ ਹੀ ਸਵਾਦਿਸ਼ਟ ਟੇਸਟ ਆਉਂਦਾ ਹੈ, ਕਲਰ ਵੀ ਬਹੁਤ ਹੀ ਪਿਆਰਾ ਆਉਂਦਾ। ਟਮਾਟਰ ਦਾ ਕੱਚਾਪਨ ਜਲਦੀ ਦੂਰ ਕਰਨ ਦੇ ਲਈ ਨਮਕ ਐਡ ਕਰਾਂਗੇ, ਵੈਸੇ ਤਾਂ ਆਪਾਂ ਨਮਕ ਪਾਉਣਾ ਹੀ ਹੁੰਦਾ, ਅਤੇ ਜਦੋਂ ਟਮਾਟਰ ਐਡ ਕਰਨ ਤੋਂ ਬਾਅਦ ਨਮਕ ਪਾਵਾਂਗੇ ਤਾਂ ਜਿਹੜੇ ਟਮਾਟਰ ਹੁੰਦੇ ਉਹ ਵੀ ਜਲਦੀ ਗਲ ਜਾਂਦੇ ਆ, ਕਿਉਂਕਿ ਪਿਆਜ਼ ਹੋ ਜਾਂਦਾ। ਇਹਨੂੰ ਆਪਾਂ ਜਿਹੜਾ ਤੜਕਾ ਆਪਾਂ ਬਣਾ ਰਹੇ ਹਾਂ ਇਹਨੂੰ ਘਿਓ ਛੱਡਣ ਤੱਕ ਭੁੰਨਾਂਗੇ, ਕਿਉਂਕਿ ਜਦੋਂ ਕੋਈ ਵੀ ਆਪਾਂ ਤੜਕਾ ਬਣਾਉਂਦੇ ਹਾਂ ਜਿਹੜਾ ਘਿਓ ਛੱਡ ਦਿੰਦੇ, ਉਸ ਤੋਂ ਬਾਅਦ ਆਪਾਂ ਆਪਣੀ ਸਬਜ਼ੀ ਜੋ ਵੀ ਬਣਾਉਣੀ ਆ ਪਾਉਣੀ, ਤਾਂ ਉਹਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ। ਹੁਣ ਆਪਣਾ ਦੇਖੋ ਤੜਕੇ ਨੇ ਘਿਓ ਛੱਡ ਦਿੱਤਾ, ਤਾਂ ਹੁਣ ਆਪਾਂ ਉਹਦੇ ਵਿੱਚ ਜਿਹੜਾ ਮੈਸ਼ ਕੀਤਾ ਹੋਇਆ ਪਨੀਰ ਸੀ ਉਹ ਮਿਲਾਵਾਂਗੇ, ਥੋੜ੍ਹਾ ਥੋੜ੍ਹਾ ਕਰਕੇ ਮਿਲਾਵਾਂਗੇ ਤਾਂ ਜ਼ਿਆਦਾ ਵਧੀਆ ਰਹਿੰਦਾ ਹੈ, ਚੰਗੀ ਤਰ੍ਹਾਂ ਰਲ ਜਾਂਦਾ। ਜਿੰਨਾ ਜ਼ਿਆਦਾ ਆਪਾਂ ਪਿਆਜ਼ ਤੜਕਾ ਪਾਵਾਂਗੇ ਆਪਣੀ ਕੁਆਂਟਿਟੀ ਦੇ ਅਕੋਰਡਿੰਗ ਹੈ, ਠੀਕ ਹੈ, ਤਾਂ ਜਿੰਨਾ ਜ਼ਿਆਦਾ ਪਿਆਜ਼ ਪਾਵਾਂਗੇ ਉਨਾ ਹੀ ਜ਼ਿਆਦਾ ਇਹ ਸਬਜ਼ੀ ਟੇਸਟੀ ਬਣਦੀ ਹੈ। ਮਿਲਾਉਂਦੇ ਜਾਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਲਾਵਾਂਗੇ, ਅਤੇ ਨਾਲੇ ਇੱਕ ਹੋਰ ਗੱਲ ਕਹਿਣਾ ਚਾਹਾਂਗੀ ਕਿ ਸਾਡੀ ਵੀਡੀਓ ਨੂੰ ਨਾ ਕੋਈ ਵੀ ਆਪਾਂ ਵੀਡੀਓ ਦੇਖਦੇ ਹਾਂ ਉਹਨੂੰ ਪੂਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ, ਸਕਿੱਪ ਨਾ ਕਰੋ, ਲਾਈਕ ਕਰੋ, ਕਮੈਂਟ ਕਰੋ, ਇਹਦੇ ਨਾਲ ਮੋਟੀਵੇਸ਼ਨ ਮਿਲਦਾ ਆ, ਸਾਨੂੰ ਵੀ ਪਤਾ ਲੱਗਦਾ ਹੈ ਕਿ ਅਸੀਂ ਚੀਜ਼ ਕਿੰਨਾ ਕੁ ਵਧੀਆ ਚੀਜ਼ ਬਣਾਈ ਹੈ। ਇੱਕ ਵਾਰ ਜ਼ਰੂਰ ਇਹਨੂੰ ਇਸੇ ਤਰ੍ਹਾਂ ਬਣਾ ਕੇ ਟਰਾਈ ਕਰਿਓ, ਸਬਜ਼ੀ ਬਣਾਇਓ ਅਤੇ ਸਾਨੂੰ ਦੱਸਿਓ ਕਿ ਅਸੀਂ ਪਨੀਰ ਭੁਰਜੀ ਕਿਸ ਤਰ੍ਹਾਂ ਬਣਾਉਣੀ ਹੈ, ਕਿਵੇਂ ਦਾ ਟੇਸਟ ਆਏ।
ਜੀ ਹੁਣ ਆਪਾਂ ਨੂੰ ਥੋੜ੍ਹੀ ਦੇਰ ਬਾਅਦ ਆਪਾਂ ਨੂੰ ਇੱਦਾਂ ਹੁੰਦਾ ਕਿ ਇਹ ਸਬਜ਼ੀ ਬਣਨ ਵਾਲੀ ਹੁੰਦੀ ਤਾਂ ਉਹਦੇ ਵਿੱਚ ਆਪਾਂ ਗਰਮ ਮਸਾਲਾ ਪਾ ਦਿੰਦੇ ਪਹਿਲਾਂ ਨਹੀਂ ਮਸਾਲਾ ਪਾਈਦਾ ਉਹਦੇ ਨਾਲ ਟੇਸਟ ਥੋੜ੍ਹਾ ਜਿਹਾ ਕੁੜਕ ਕਰਨਾ ਚਾਹੁੰਦੇ ਹਾਂ ਤਾਂ ਜਦੋਂ ਸਬਜ਼ੀ ਬਣਨ ਵਾਲੀ ਹੋਵੇ ਉਹਦੇ ਵਿੱਚ ਆਪਾਂ ਗਰਮ ਮਸਾਲਾ ਪਾਵਾਂਗੇ ਅਤੇ ਉਹਨੂੰ ਚੰਗੀ ਤਰ੍ਹਾਂ ਮਿਲਾਵਾਂਗੇ थोड़ी देर लिए है सब्जी में ढक के रख दो ताकि जो पनीर आप पाए वो पूरी चंगी तरह सॉफ्ट हो जाए। देख दे आप के सब्जी तैयार है कि नहीं। जनरली अपन पता चल जाएगा ये सब्जी मतलब पनीर भुर्जी बन गया या नहीं, तो जब थोड़ा जा घ्यो छबी लग जाए पनीर तो फिर हम देख लिया कि अपनी पनीर भुर्जी बन के तैयार है। पनीर भी चली है आप सॉफ्ट हो चुकी है, फिर बना चाहिए देखो घ्यो छड़ दिता अपनी पनीर भुर्जी बन के तैयार है। हम आप सर्व करेंगे, देखो कितना सोना कलर आया। तो प्लीज़ एक बार पनीर भुर्जी जरूर इसी तरह बना के ट्राई करियो। थैंक यू।